ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਆਖਦੇ ਹਾਂ। ਮੈਂ ਸੰਜੀਵ ਭਾਰਤ ਸੰਦੇਸ਼ ਵੱਲੋਂ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਰਿਪੋਰਟ ਅਤੇ ਇੱਕ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪਿੰਡ ਮੁੱਲਾਪੁਰ ਗਰੀਬਦਾਸ ਚੰਡੀਗੜ੍ਹ ਦੇ ਨਾਲ ਲੱਗਦਾ ਹੋਇਆ ਇੱਕ ਪਿੰਡ ਹੈ ਜਿਸ ਦੀ ਵਿਕਾਸ ਦੀ ਕਹਾਣੀ ਇੱਥੇ ਦੀ ਜ਼ਮੀਨ ਦੇ ਨਾਲ ਜੁੜੀ ਹੋਈ ਹੈ। ਇਹ 500 ਕਿੱਲਾ ਪੰਚਾਇਤੀ ਜ਼ਮੀਨ ਹੋਣ ਦੇ ਬਾਵਜੂਦ ਅੱਜ ਇਸ ਪੰਚਾਇਤ ਦੇ ਕੋਲ 5 ਕਿੱਲੇ ਹੀ ਰਹਿ ਗਏ ਨੇ ਕਿ ਬਾਕੀ ਉਹ 495 ਏਕੜ ਜ਼ਮੀਨ ਕਿੱਥੇ ਖੁਰਦ ਬੁਰਦ ਹੋ ਗਈ ਹੈ ਅਤੇ ਉਹਦਾ ਖਮਿਆਜਾ ਪਿੰਡ ਵਾਸੀ ਭੁਗਤ ਰਹੇ ਨੇ। ਉਹਦੇ ਬਾਰੇ ਸਾਨੂੰ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਜੀ ਜੋ ਕਿ ਹੁਣੇ ਨਵੇਂ ਸਰਪੰਚ ਬਣੇ ਨੇ ਉਹ ਵੀ ਕਈ ਔਕੜਾਂ ਝੇਲਦੇ ਹੋਏ ਅੱਜ ਇਸ ਮੁਸ਼ਕਲ ਦੇ ਨਾਲ ਦਰਪੇਸ਼ ਹੋ ਰਹੇ ਨੇ ਵੀ ਪਿੰਡ ਨੂੰ ਉਹ ਜ਼ਮੀਨ ਵਾਪਸ ਦਵਾਈ ਜਾਵੇ। ਉਹ ਸ਼ਾਸਨ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੈ ਅਤੇ ਅਸੀਂ ਉਹਨਾਂ ਤੋਂ ਜਾਣਾਂਗੇ। ਸਤਿ ਸ਼੍ਰੀ ਅਕਾਲ, ਮੈਂ ਸਤਨਾਮ ਸਿੰਘ, ਪਿੰਡ ਮੁੱਲਾਪੁਰ ਗਰੀਬਦਾਸ, ਮੌਜੂਦਾ ਸਰਪੰਚ। ਅੱਜ ਮੈਂ ਭਾਰਤ ਸੰਦੇਸ਼ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਗਿਆ ਸਾਡੇ ਵਿੱਚ ਸਾਡੇ ਪਿੰਡ ਦੀਆਂ ਸਮੱਸਿਆ ਸੁਣਨ ਲਈ। ਉਹਨਾਂ ਨੇ ਟਾਈਮ ਕੱਢਿਆ ਅਤੇ ਅੱਜ ਮੈਂ ਉਹਨਾਂ ਤੋਂ ਬਹੁਤ ਉਮੀਦ ਰੱਖਦਾ ਕਿ ਸਾਡੇ ਇਹ ਪਿੰਡ ਦੀ ਸਮੱਸਿਆ ਪੂਰੇ ਭਾਰਤ ਤੱਕ ਪਹੁੰਚਾਉਣਗੇ। ਇਹ ਸਤਨਾਮ ਜੀ, ਇਹ ਤੁਸੀਂ ਜਿੱਦਾਂ ਸਾਨੂੰ ਆਪਣੀ ਗੱਲਬਾਤ ਦੇ ਵਿੱਚ ਦੱਸਿਆ ਕਿ ਮੁੱਲਾਪੁਰ ਗਰੀਬਦਾਸ ਜਿਹੜਾ ਕਿ ਚੰਡੀਗੜ੍ਹ ਦੀ ਬਿਲਕੁਲ ਨਾਲ ਲੱਗਿਆ ਹੋਇਆ ਪਿੰਡ ਹੈ ਅਤੇ ਇੱਥੇ ਦੀ ਜਿਹੜੀ ਵਸੋਂ ਹੈ ਉਹ ਤਕਰੀਬਨ 4000 ਦੇ ਕਰੀਬ ਹੈ। ਨਹੀਂ ਸਰ, ਆਬਾਦੀ ਤਾਂ 10000 ਦੇ ਕਰੀਬ ਹੈ, ਬਾਕੀ ਵੋਟ ਸਰ 4600 ਦੇ ਕਰੀਬ ਹੈਗੀ ਹੈ। ਓਕੇ, ਅਤੇ ਮੇਨ ਤੁਹਾਡੀ ਕੀ ਪ੍ਰੋਬਲਮ ਹੈ? ਸਭ ਤੋਂ ਵੱਡੀ ਸਾਡੀ ਸਮੱਸਿਆ ਹੈ ਇੱਥੇ ਜ਼ਮੀਨਾਂ, ਕਿਉਂਕਿ ਜ਼ਮੀਨ ਪੱਧਰ 'ਤੇ ਜਦੋਂ ਅਸੀਂ ਦੇਖਿਆ ਡੀਪਲੀ ਗਏ ਤਾਂ ਸਾਡੀ ਸਮੱਸਿਆ ਮੇਨ ਹੈ ਜ਼ਮੀਨ। ਸਾਡਾ 513 ਕਿੱਲਾ ਜ਼ਮੀਨ ਸ਼ਾਮਲੜ ਦਾ 500 ਕਿੱਲਾ ਹੈ ਜਿਸ ਨੇ ਸਾਡੇ ਪਿੰਡ ਨੂੰ ਵਿਕਾਸ ਵੱਲ ਨਹੀਂ ਜਾਣ ਦਿੱਤਾ। ਜਿਹੜੀ ਵੀ ਪੰਚਾਇਤ ਬਣਦੀ ਉਸਨੂੰ ਮੇਨ ਮੁੱਖ ਹਰ ਵਾਰੀ ਇਹੀ ਮੁਸ਼ਕਲ ਆਉਂਦੀਆਂ ਜ਼ਮੀਨ, ਕਿਉਂਕਿ ਜ਼ਮੀਨ ਕਰਕੇ ਪੱਧਰ 'ਤੇ ਇਹਦਾ ਵਿਕਾਸ ਨਹੀਂ ਹੋ ਪਾਉਂਦਾ, ਕਿਉਂਕਿ ਹੋਰ ਸਾਡੇ ਕੋਲ ਜ਼ਮੀਨ ਨਹੀਂ ਹੈ ਜਿੱਥੇ ਅਸੀਂ ਕੋਈ ਸਪੋਰਟਸ ਕੰਪਲੈਕਸ, ਇੰਡਸਟਰੀ ਜਾਂ ਕੁਛ ਖੋਲ੍ਹ ਸਕੇ। ਸਾਡਾ ਪੁਰਾਣਾ ਜੋ ਕੇਸ ਚੱਲਦਾ ਆ ਰਿਹਾ ਹੈ, ਅਸੀਂ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸਾਡਾ ਇਹ ਕੇਸ ਕਲੀਅਰ ਹੋਣ। ਕੇਸ ਕਲੀਅਰ ਇਸ ਕਰਕੇ ਨਹੀਂ, ਉਹ ਸਾਡੇ ਪੋਲੀਟੀਕਲ ਔਰ ਅਫਸਰਸ਼ਾਹੀ ਵਿੱਚ ਇਨਵੋਲਵ ਹਨ ਅਤੇ ਸਾਡੇ 'ਤੇ ਸੁਸਾਇਟੀ ਬਣੀ ਵੀ ਹੈ 1940 ਤੋਂ, ਜੋ ਪੁਰਾਣੀ ਦੱਸਦੇ ਆਪਣੇ ਆਪ ਨੂੰ। ਉਹਨਾਂ ਨੇ ਕਦੇ ਵੀ ਪੰਚਾਇਤ ਨੂੰ ਨਹੀਂ ਚਲਣ ਦਿੱਤਾ। ਪੰਚਾਇਤ ਨੂੰ ਬਹੁਤ ਦਿੱਕਤ ਆ ਰਹੀ ਹੈ, ਅਸੀਂ ਚਾਹੁੰਦੇ ਹਨ ਤੁਹਾਡੇ ਇਹ ਉਮੀਦਾਂ ਕਰਦੇ ਹਨ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਇਹ ਸਾਡੀ ਮੁਸ਼ਕਲਾਂ ਨੂੰ ਸਾਡਾ ਸਾਥ ਦੇਣ। ਅਤੇ ਤੁਸੀਂ ਇਸ ਮੁੱਦੇ ਨੂੰ ਲੈ ਕੇ ਸਰਕਾਰ ਦੇ ਤੋਂ ਕੀ ਚਾਹੁੰਦੇ ਹਾਂ, ਵੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਜਾਂ ਸਰਕਾਰ ਤੋਂ ਕੋਈ ਮੰਗ ਰੱਖਣਾ ਚਾਹੁੰਦੇ ਹੋ? ਸਰ, ਅਸੀਂ ਤੁਹਾਡੇ ਚੈਨਲ ਰਾਹੀਂ ਇਹ ਮੰਗ ਕਰਨਾ ਚਾਹੁੰਦੇ ਹਾਂ, ਕਿਉਂਕਿ ਸਰਕਾਰ ਸਾਡਾ ਜੇ ਪ੍ਰਸ਼ਾਸਨ ਸਾਡਾ ਸਾਥ ਦਉਂਗੇ ਤਾਂ ਇਸ ਨੂੰ ਅਸੀਂ ਪੂਰੇ ਇੰਡੀਆ ਦੇ ਨਕਸ਼ੇ 'ਤੇ ਦੇਖ ਸਕਦੇ ਨੇ। ਚੰਡੀਗੜ੍ਹ ਜੋ ਕਿ ਤੁਸੀਂ ਜੇ ਸਰਚ ਮਾਰੋਗੇ ਤਾਂ ਸਾਡਾ ਪਿੰਡ ਸਭ ਤੋਂ ਪਹਿਲਾਂ ਤੁਹਾਨੂੰ ਦਿਖੂੰਗਾ ਜੀ ਨਕਸ਼ੇ 'ਤੇ। ਅਸੀਂ ਚਾਹੁੰਦੇ ਹਾਂ ਤੁਸੀਂ ਸਾਡਾ ਸਾਥ ਦੇਣ, ਪ੍ਰਸ਼ਾਸਨ ਉਸ ਜ਼ਮੀਨ ਨੂੰ ਜੇ ਸਾਡੀ ਪੰਚਾਇਤ ਕੋਲ ਆਉਂਦੀ ਹੈ ਤਾਂ ਪੰਚਾਇਤ ਵੀ ਤਾਂ ਸਰਕਾਰੀ ਹੁੰਦੀ ਹੈ। ਮੈਂ ਵੀ ਭਾਰਤ ਸੰਦੇਸ਼ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਕੀਮਤੀ ਟਾਈਮ ਕੱਢਿਆ ਸਾਡੇ ਵਾਸਤੇ ਅਤੇ ਸਾਡਾ ਪੂਰਾ ਸਹਿਯੋਗ ਦੇਣ ਦੀ ਮੈਂ ਇਹਨਾਂ ਤੋਂ ਉਮੀਦ ਕਰਦਾ, ਸਾਡਾ ਪੂਰਾ ਸਾਥ ਦੇਣਗੇ।